Yeah.
Sarasana dhan dhan
ਮਾਹੌਲ ਬਣਾਇਆ ਹੈ ਸਾਡੇ ਵੀਰ ਭਾਈ ਸਾਹਿਬ ਭਾਈ ਮਨੋਹਰ ਸਿੰਘ ਜੀ ਨੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ ਛੋਟੀ ਤਿੰਨ ਤਾਲ ਦੇ ਵਿੱਚ ਪੁਰਾਤਨ ਰੀਤ ਆਨੰਦ ਆ ਰਿਹਾ ਸੀ। ਇਹ ਵੀ ਪੁਰਾਣੀ ਰੀਤ ਹੈ ਜੋ ਬਜ਼ੁਰਗਾਂ ਪਾਸੋਂ ਪ੍ਰਾਪਤ ਹੋਈ ਹੈ। ਇੱਕ ਮੈਂ ਇਹਨਾਂ ਰੀਤਾਂ ਬਾਰੇ ਕੁਝ ਕਹਿਣਾ ਜ਼ਰੂਰ ਚਾਹਾਂਗਾ। ਲੈਟ ਅਸ ਕੀਪ ਦ ਸ਼ਬਦ ਅਸਾਈਡ, ਲੈਟ ਅਸ ਓਨਲੀ ਫੋਕਸ ਔਨ ਦ ਮੈਲਡੀ, ਸਿਰਫ ਟਿਊਨ ਵੱਲ ਫੋਕਸ ਕਰੋ। ਅਤੇ ਹਰ ਇੱਕ ਮੈਲਡੀ ਦੀ ਆਪਣੀ ਆਤਮਾ ਹੁੰਦੀ ਹੈ। ਇਹ ਸੰਗੀਤ ਦੀਆਂ ਧੁਨਾਂ ਨੂੰ ਕਿਤੇ ਨਿਰਜੀਵ ਨਾ ਸਮਝਿਓ, ਇਹ ਜੀਵਤ ਹੁੰਦੀਆਂ ਨੇ, ਇਹ ਜਿਉਂਦੀਆਂ ਨੇ, ਹੋਰ ਇਹ ਬੋਲਦੀਆਂ ਨੇ। ਜਦੋਂ ਇਹ ਬੋਲਦੀਆਂ ਨੇ ਨਾ ਤਾਂ ਕੀ ਕਰਦੀਆਂ ਨੇ, ਜਿਸ ਮਾਹੌਲ ਵਿੱਚ ਉਹਨਾਂ ਨੂੰ ਰਚਿਆ ਗਿਆ ਸੀ ਉਹ ਮੁੜ ਕੇ ਮਾਹੌਲ ਨੂੰ ਪੈਦਾ ਕਰਦੀਆਂ। ਅੱਜ ਤੋਂ 400 ਸਾਲ 500 ਸਾਲ ਵੀ ਪਹਿਲਾਂ ਗੁਰੂ ਮਹਾਰਾਜ ਨੇ ਆਪ ਜੋ ਧੁਨਾਂ 'ਤੇ ਕੀਰਤਨ ਕੀਤਾ ਹੋਏਗਾ, ਜਦੋਂ ਅੱਜ ਇਤਨੇ ਅਰਸੇ ਬਾਅਦ ਵੀ ਜਾਂ ਅੱਜ ਤੋਂ ਵੀ 1000 ਸਾਲ ਬਾਅਦ ਕੋਈ ਉਹਨਾਂ ਨੂੰ ਗਾਏਗਾ ਤਾਂ ਦੇ ਵਿਲ ਕ੍ਰੀਏਟ ਦ ਸੇਮ ਇਨਵਾਇਰਮੈਂਟ। ਹਰ ਇੱਕ ਧੁਨ ਜਿਹੜੀ ਹੁੰਦੀ ਹੈ ਨਾ ਉਹ ਜਿਉਂਦੀ ਜੇ ਹੋਰ ਬੋਲਦੀ ਜੇ ਹੋਰ ਕੰਮ ਕਰਦੀ। ਜਦੋਂ ਪੁਰਾਣੇ ਕੀਰਤਨੀਆਂ ਦੀਆਂ ਧੁਨਾਂ 'ਤੇ ਕੀਰਤਨ ਕਰਦੇ ਹਾਂ ਜਾਂ ਸੁਣਦੇ ਹਾਂ ਉਹਦਾ ਆਨੰਦ ਹੀ ਹੋਰ ਹੁੰਦਾ। ਜਦੋਂ ਭਿੱਜਿਆ ਹੋਇਆ ਮਨ, ਗੁਰੂ ਨਾਲ ਜੁੜਿਆ ਹੋਇਆ ਮਨ, ਸਵੇਰੇ 5 ਬਾਣੀਆਂ ਦਾ ਪਾਠ ਕੀਤਾ ਹੋਵੇ, ਸੁਖਮਨੀ ਸਾਹਿਬ ਦਾ ਪਾਠ ਕੀਤਾ ਹੋਵੇ, ਆਸਾ ਦੀ ਵਾਰ ਦਾ ਕੀਰਤਨ ਕੀਤਾ ਹੋਵੇ, ਅਤੇ ਇਹੋ ਜਿਹੀਆਂ ਆਤਮਾਵਾਂ ਜਦੋਂ ਜੁੜੇ ਹੋਏ ਹਿਰਦੇ ਨਾਲ ਕਿਸੇ ਧੁਨ ਨੂੰ ਰਚਦੀਆਂ ਨੇ ਨਾ, ਤਾਂ ਉਹ ਧੁਨ ਜਿਹੜੀ ਹੈ ਨਾ ਉਹ ਜਿਉਂਦੀ ਹੁੰਦੀ। ਜੇ ਉਸ ਧੁਨ 'ਤੇ ਕੋਈ ਭਾਵੇਂ ਜਦੋਂ ਮਰਜ਼ੀ ਉਹਨੂੰ ਗਾਏਗਾ ਜਾਂ ਸੁਣੇਗਾ, ਇਟ ਵਿਲ ਕ੍ਰੀਏਟ ਦ ਸੇਮ ਇਨਵਾਇਰਮੈਂਟ, ਇਟ ਵਿਲ ਟੇਕ ਯੂ ਟੂ ਦ ਸੇਮ ਔਰਾ ਵੇਅਰ ਦੇ ਵਰ ਬੋਰਨ, ਵੇਅਰ ਦੇ ਵਰ ਕੰਪੋਜ਼ਡ। ਭਾਈ ਮਨੋਹਰ ਸਿੰਘ ਜੀ ਨੇ ਵੀ ਜ਼ਿਕਰ ਕੀਤਾ ਸੀ ਅਤੇ ਪ੍ਰਿੰਸੀਪਲ ਸਾਹਿਬ ਵੀ ਜ਼ਿਕਰ ਕਰਦੇ ਨੇ, ਕਿਉਂਕਿ ਸਾਡਾ ਇਹ 31 ਰਾਗਾਂ 'ਤੇ ਫੋਕਸ ਕੀਤਾ ਹੋਇਆ ਕੀਰਤਨ ਦਰਬਾਰ, ਇਹਦਾ ਮਕਸਦ ਇੱਕੋ ਹੀ ਆ ਕਿ ਜਿੱਦਾਂ ਦਾ ਕੀਰਤਨ ਮੇਰੇ ਗੁਰੂ ਮਹਾਰਾਜ ਕਰਦੇ ਸਨ ਉਹੋ ਜਿਹਾ ਕੀਰਤਨ ਹੋਣਾ ਚਾਹੀਦਾ। ਧੁਨ ਬਹੁਤ ਜ਼ਰੂਰੀ ਹੈ। ਜੇ ਫਿਲਮੀ ਟਿਊਨ ਲੈ ਲਵਾਂਗੇ ਉਹਦੇ 'ਤੇ ਅਸੀਂ ਸ਼ਬਦ ਲਾ ਕੇ ਪੜ੍ਹਾਂਗੇ ਅਤੇ ਧੁਨ ਜਿਹੜੀ ਹੈ ਨਾ ਜੋ ਮਾਹੌਲ ਕ੍ਰੀਏਟ ਕਰੇਗੀ ਉਹਦੇ ਨਾਲੋਂ ਐਗਜੈਕਟਲੀ ਓਪੋਜ਼ਿਟ ਸ਼ਬਦ ਦਾ ਪ੍ਰਭਾਵ, ਸ਼ਬਦ ਦਾ ਮੀਨਿੰਗ ਹੋਏਗਾ। ਅਜ਼ਮਾ ਕੇ ਦੇਖ ਲਓ। ਸ਼ਬਦ ਬਾਣੀ ਇਸ ਵਕਤ ਆਪ ਪਰਮੇਸ਼ਰ ਦਾ ਦਰਜਾ ਹੈ। ਮਹਾਰਾਜ ਆਪ ਕਹਿੰਦੇ ਨੇ ਵਾਹ ਵਾਹ ਬਾਣੀ ਨਿਰੰਕਾਰ ਹੈ, ਗੁਰੂ ਰੂਪ ਹੈ ਤੇ ਪਾਰ ਬ੍ਰਹਮ ਗੁਰ ਨਾਹੀ ਭੇਦ। ਲੋੜ ਹੈ ਸੁਚੇਤ ਹੋਣ ਦੀ। ਜਿਹੜਾ ਫਿਲਮੀ ਟਿਊਨਾਂ 'ਤੇ ਕੀਰਤਨ ਹੋ ਰਿਹਾ ਹੈ, ਗੁਲਾਮ ਅਲੀ ਦੀਆਂ ਗਜ਼ਲਾਂ 'ਤੇ ਬਹੁਤ ਕੀਰਤਨ ਹੋ ਰਿਹਾ ਜੀ ਅੱਜ ਕੱਲ੍ਹ, ਕਵਾਲੀਆਂ 'ਤੇ ਕੀਰਤਨ ਹੋ ਰਿਹਾ। ਦਿਸ ਇਜ਼ ਅ ਬਲੰਡਰ ਵਿਚ ਵੀ ਆਰ ਡੂਇੰਗ ਐਂਡ ਇਟਸ ਅ ਕ੍ਰਾਈਮ। ਮੈਂ ਇਹਨੂੰ ਅਪਰਾਧ ਕਹਿਣਾ ਕਿਉਂਕਿ ਇਹ ਰੀਤਾਂ ਜਿੱਥੇ ਪੈਦਾ ਹੋਈਆਂ ਨੇ ਉਹ ਮਾਹੌਲ ਗੁਰਬਾਣੀ ਤੋਂ ਬਿਲਕੁਲ ਵਿਪਰੀਤ, ਅਤੇ ਜਦੋਂ ਉਹਨਾਂ ਧੁਨਾਂ ਨੂੰ ਗਾਓਗੇ ਤਾਂ ਉਹੋ ਹੀ ਮਾਹੌਲ ਪੈਦਾ ਕਰਨਗੇ। ਇੱਕ ਪੁਰਾਣੀਆਂ ਫਿਲਮਾਂ ਦਾ ਗਾਇਕ ਹੁੰਦਾ ਸੀ KL ਸਹਿਗਲ, ਉਹਦੇ ਬਾਰੇ ਮਸ਼ਹੂਰ ਹੁੰਦਾ ਸੀ ਵੀ ਬਿਨਾਂ ਸ਼ਰਾਬ ਪੀਤੇ ਉਹ ਗਾਣਾ ਨਹੀਂ ਸੀ ਰਿਕਾਰਡ ਕਰਾਉਂਦਾ। ਅਤੇ ਮਿਊਜ਼ਿਕ ਡਾਇਰੈਕਟਰ ਵੀ ਇੱਦਾਂ ਦੇ ਹੀ ਹੁੰਦੇ ਹੋਣਗੇ। ਅੱਜ ਕੱਲ੍ਹ ਤਾਂ ਨਸ਼ੇ ਵੀ ਹੋਰ ਵੰਨ ਸੁਵੰਨੇ ਆ ਗਏ ਨੇ,
ਨਸ਼ੇ 'ਚ ਨਸ਼ਾ ਤਾਂ ਆਮ ਵਰਤਿਆ ਜਾਂਦਾ ਅਤੇ ਨਸ਼ੇ ਦੇ ਵਿੱਚ ਨਸ਼ੇ ਦੇ ਅਧੀਨ ਜਿਹਨੇ ਧੁਨ ਬਣਾਈ ਹੋਏਗੀ ਕਿ ਉਹ ਅੰਮ੍ਰਿਤ ਉਹਦੇ ਨਾਲ ਤੁਸੀਂ ਮੈਚ ਕਰ ਸਕੋਗੇ? ਨਹੀਂ ਕਰ ਸਕੋਗੇ। ਕੜਾਹ ਪ੍ਰਸ਼ਾਦ ਆਪਾਂ ਵਰਤਾਉਂਦੇ ਹਾਂ, ਬਣਾਉਣ ਲੱਗੇ ਹਾਂ, ਬਾਣੀ ਪੜ੍ਹਦੇ ਹਾਂ, ਸੁੱਚਮ ਰੱਖਦੇ ਹਾਂ, ਦਸ ਦਸ ਵਾਰੀ ਹੱਥ ਧੋਂਦੇ ਹਾਂ। ਜਿਹੜਾ ਕੱਪੜਾ ਵਰਤਣਾ ਹੁੰਦਾ ਧੋਤਾ ਹੋਇਆ ਵਰਤਦੇ ਹਾਂ, ਭਾਂਡਾ ਅਸੀਂ ਚੰਗੀ ਤਰ੍ਹਾਂ ਸੁੱਚਾ ਕਰਕੇ ਵਰਤਦੇ ਹਾਂ, ਅਤੇ ਜਦੋਂ ਵਰਤਾਉਣਾ ਹੁੰਦਾ ਉਦੋਂ ਵੀ ਸੁੱਚਮ ਰੱਖਦੇ ਹਾਂ, ਧੋਤਿਆਂ ਹੋਇਆ ਹੱਥਾਂ ਨਾਲ ਵਰਤਾਉਂਦੇ ਹਾਂ। ਕਦੇ ਵੀ ਜੂਠਾ ਥਾਲ ਕੜਾਹ ਪ੍ਰਸ਼ਾਦ ਨੂੰ ਵਰਤਾਉਣ ਵਾਸਤੇ ਨਹੀਂ ਵਰਤਦੇ। ਲਿਬੜਿਆ ਹੋਇਆ ਥਾਲ, ਗੰਦਾ ਥਾਲ ਅਸੀਂ ਕਦੇ ਨਹੀਂ ਵਰਤਦੇ ਕੜਾਹ ਪ੍ਰਸ਼ਾਦ ਨੂੰ ਵਰਤਾਉਣ ਲਈ। ਕੜਾਹ ਪ੍ਰਸ਼ਾਦ ਨੂੰ ਗੁਰੂ ਦੀ ਛੂਹ ਪ੍ਰਾਪਤ ਹੈ, ਇਸ ਲਈ ਸਾਡੇ ਲਈ ਪਵਿੱਤਰ ਹੈ। ਜਦੋਂ ਅਸੀਂ ਕੜਾਹ ਪ੍ਰਸ਼ਾਦ ਛਕਦੇ ਹਾਂ ਨਾ, ਇਹ ਗੁਰੂ ਦੀ ਬਖਸ਼ਿਸ਼ ਹੈ ਜੋ ਅਸੀਂ ਗ੍ਰਹਿਣ ਕਰਦੇ ਹਾਂ। ਅਤੇ ਜੋ ਗੁਰੂ ਆਪ ਹੈ, ਬਾਣੀ ਰੂਪ ਗੁਰੂ ਹੈ, ਜਦੋਂ ਉਹਦੀ ਉਹਨੂੰ ਵਰਤਾਉਣਾ ਹੁੰਦਾ ਤਾਂ ਉਦੋਂ ਕਿਹੜੀਆਂ ਪਲੇਟਾਂ ਵਰਤਦੇ ਹਾਂ ਅਸੀਂ? ਉਹ ਫਿਲਮੀ ਟਿਊਨਾਂ ਦੀਆਂ ਪਲੇਟਾਂ ਵਰਤਦੇ, ਉਹਨਾਂ 'ਚ ਪਰੋਸ ਕੇ ਅਸੀਂ ਦਿੰਦੇ ਹਾਂ ਗੁਰਬਾਣੀ। ਇਹਦੇ ਨਾਲੋਂ ਵੱਡਾ ਅਪਰਾਧ ਕੀ ਹੋ ਸਕਦਾ? ਲੋੜ ਹੈ ਸੁਚੇਤ ਹੋਣ ਦੀ, ਚੌਕੰਨੇ ਹੋਣ ਦੀ ਲੋੜ ਹੈ। ਕੀਰਤਨੀਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਕੰਮ ਨਾ ਕਰਨ, ਕਿਉਂਕਿ ਸੰਗਤ ਕਈ ਵਾਰੀ ਕਹਿੰਦੀ ਜੀ ਸਾਨੂੰ ਤਾਂ ਪਤਾ ਹੀ ਨਹੀਂ ਕਿਹੜੀ ਟਿਊਨ ਹੈ, ਸਾਨੂੰ ਤਾਂ ਆਨੰਦ ਬੜਾ ਆਇਆ। ਵਾਕਈ ਸੰਗਤ ਨੂੰ ਆਨੰਦ ਆਉਂਦਾ ਜੇ, ਕਿਉਂਕਿ ਸੰਗਤ ਉਹ ਹੰਸ ਹੈ ਜਿਹਨੇ ਮੋਤੀ ਚੁੱਗ ਲੈਣੇ ਨੇ, ਤੁਸੀਂ ਬਾਣੀ ਨੂੰ ਚੁੱਗ ਲੈਂਦੇ। ਜਦੋਂ ਦੀਵਾਲੀ ਦਾ ਮੌਸਮ ਹੁੰਦਾ ਨਾ, ਦੁਸ਼ਹਿਰਾ ਦੀਵਾਲੀ, ਉਹ ਜਿਹੜਾ ਫੈਸਟਿਵ ਸੀਜ਼ਨ ਹੁੰਦਾ, ਉਦੋਂ ਨਕਲੀ ਖੋਇਆ ਅਤੇ ਨਕਲੀ ਪਨੀਰ ਬੜਾ ਆ ਜਾਂਦਾ ਹਲਵਾਈਆਂ ਦੀ ਦੁਕਾਨ 'ਤੇ, ਅਤੇ ਕੋਈ ਦੱਸ ਨਹੀਂ ਸਕਦਾ ਵੀ ਇਹ ਬਰਫੀ ਅਸਲੀ ਖੋਏ ਦੀ ਹੈ ਕਿ ਨਕਲੀ ਖੋਏ ਦੀ ਹੈ। ਅਤੇ ਖਾਣ ਵਾਲਿਆਂ ਤੋਂ ਸਵਾਦ ਹੀ ਲੱਗਦੀ ਹੈ, ਉਹਨੂੰ ਤਾਂ ਬਰਫੀ ਚੰਗੀ ਲੱਗਦੀ ਹੈ, ਪਰ ਜਿਹਨੇ ਬਰਫੀ ਬਣਾਈ ਹੈ ਉਹਨੂੰ ਪਤਾ ਵੀ ਉਹਨੇ ਕੀ ਪਾਪ ਕੀਤਾ, ਜਾਂ ਜਿਨ੍ਹਾਂ ਨੇ ਉਹ ਬਣਾਉਣ ਦਿੱਤੀ ਬਰਫੀ ਉਹਨਾਂ ਨੂੰ ਪਤਾ। ਦੋ ਬੰਦੇ ਅਪਰਾਧੀ ਨੇ ਇੱਥੇ, ਇੱਕ ਤਾਂ ਜਿਹਨੇ ਉਹ ਮਿਕਸ ਕੀਤਾ, ਜਾਂ ਇੱਕ ਜਿਹਨੇ ਉਹਨਾਂ ਨੂੰ ਅਲਾਓ ਕੀਤਾ। ਇਹਦੇ ਸਾਡੀ ਪ੍ਰਬੰਧਕ ਸ਼੍ਰੇਣੀ ਆਉਂਦੀ ਹੈ। ਜੇ ਪੁਲਿਸ ਹੋਵੇ ਨਾ ਤੱਕੜੀ, ਤਾਂ ਹਲਵਾਈ ਕਦੇ ਹੇਰਾ ਫੇਰੀ ਨਹੀਂ ਕਰ ਸਕਦਾ। ਸਾਡੀ ਪੁਲਿਸ ਵੀ ਕਮਜ਼ੋਰ ਹੈ ਅਤੇ ਸਾਡੇ ਹਲਵਾਈ ਵੀ ਕਮਜ਼ੋਰ ਜੇ, ਹਲਵਾਈ ਤਾਂ ਬੇਈਮਾਨ ਜੇ ਅਤੇ ਪੁਲਿਸ ਕਮਜ਼ੋਰ ਜੇ। ਲੋੜ ਹੈ ਇਸ ਪਾਸੇ ਸੁਚੇਤ ਹੋਣ ਦੀ। ਬਾਣੀ ਦਾ ਵਰਤਾਰਾ, ਬਾਣੀ ਦੀ ਪ੍ਰੈਜੈਂਟੇਸ਼ਨ ਹੈ ਸੰਗੀਤ। ਜਦੋਂ ਸਾਡੇ ਬਾਪੂ ਜੀ, ਸਾਡੇ ਦਾਦਾ ਜੀ, ਭਾਈ ਸਾਹਿਬ ਭਾਈ ਜਵਾਲਾ ਸਿੰਘ ਜੀ, ਉਹਨਾਂ ਨੇ ਸਾਡੇ ਪਿਤਾ ਜੀ ਅਤੇ ਤਾਇਆ ਜੀ ਨੂੰ ਕੀਰਤਨ ਦੀਆਂ ਕੁਝ ਨੁਕਤੇ ਸਮਝਾਏ, ਭਾਈ ਸਾਹਿਬ ਭਾਈ ਅਵਤਾਰ ਸਿੰਘ, ਭਾਈ ਗੁਰਚਰਨ ਸਿੰਘ ਜੀ, ਅਤੇ ਬੜੀਆਂ ਸਿੰਪਲ ਜਿਹੀਆਂ ਗੱਲਾਂ ਦੱਸੀਆਂ। ਪੇਂਡੂ, ਕਿਉਂਕਿ ਪੇਂਡੂ ਸਾਡਾ ਮਾਹੌਲ ਹੈ, ਪਿੰਡਾਂ 'ਚ ਰਹਿੰਦੇ ਸੀ, ਅਤੇ ਐਗਜ਼ੈਂਪਲ ਵੀ ਪੇਂਡੂ ਦੇਣੇ ਉਹਨਾਂ ਨੇ। ਉਹਨਾਂ ਨੇ ਕਹਿਣਾ, ਕਾਕਾ ਜਿਹੜਾ ਸ਼ਬਦ ਹੈ ਨਾ ਉਹ ਸੰਗੀਤ ਦੇ ਘਨੇੜੇ ਚੜਿਆ ਹੋਣਾ ਚਾਹੀਦਾ। ਵੈਨ ਯੂ ਮੇਕ ਯੋਰ ਚਾਈਲਡ ਸਿਟ ਓਵਰ ਹੇਅਰ ਔਨ ਯੋਰ ਸ਼ੋਲਡਰਸ, ਉਹਨੂੰ ਪੰਜਾਬੀ 'ਚ ਕਹਿੰਦੇ ਘਨੇੜੇ ਚੜ੍ਹਨਾ। ਸ਼ਬਦ ਸੰਗੀਤ ਦੇ ਘਨੇੜੇ ਚੜਿਆ ਰਹਿਣਾ ਚਾਹੀਦਾ, ਕਿਸੇ ਵੀ ਸੂਰਤ ਵਿੱਚ ਸੰਗੀਤ ਉਹਦੇ ਤੋਂ ਉੱਪਰ ਨਾ ਜਾ ਸਕੇ। ਸ਼ਬਦ ਦੀ ਪ੍ਰਮੁੱਖਤਾ ਰਹਿਣੀ ਚਾਹੀਦੀ ਹੈ, ਸ਼ਬਦ ਦੀ ਸਪਸ਼ਟਤਾ ਬਣੀ ਰਹਿਣੀ ਚਾਹੀਦੀ ਹੈ, ਸ਼ਬਦ ਦੀ ਪ੍ਰਧਾਨਤਾ ਬਣੀ ਰਹਿਣੀ ਚਾਹੀਦੀ ਹੈ। ਬੜਾ ਸਿੰਪਲ ਜਿਹਾ ਰੂਲ ਹੈ, ਅਤੇ ਜਦੋਂ ਬੱਚਾ ਕੋਈ ਸਿੱਖਦਾ ਇਹ ਐਗਜ਼ਾਮਪਲ ਨਾ, ਤੁਹਾਨੂੰ ਗੱਲ ਸਮਝ ਆ ਜਾਂਦੀ ਹੈ। ਇੱਕ ਗੱਲ ਮੈਂ ਹੋਰ ਕਹਿਣਾ ਚਾਹਾਂਗਾ ਕਿ ਬੜੇ ਤਰ੍ਹਾਂ ਦੇ ਸੰਗੀਤ ਨੇ, ਸਾਰੇ ਸੰਗੀਤਾਂ ਦਾ ਆਪਾਂ ਸਤਿਕਾਰ ਕਰਦੇ ਹਾਂ, ਪਰ ਗੁਰਮਤ ਸੰਗੀਤ ਅਤੇ ਗੁਰਬਾਣੀ, ਗੁਰਮਤ ਕੀਰਤਨ ਜਿਹੜਾ ਹੈ ਨਾ, ਇਹਦੇ 'ਚ ਬੜਾ ਫਰਕ ਜੇ ਸ਼ਾਸਤਰੀ ਸੰਗੀਤ ਨਾਲੋਂ ਅਤੇ ਬਾਕੀ ਜਿਸ ਤਰ੍ਹਾਂ ਦੇ ਸੰਗੀਤ ਗਾਏ ਜਾਂਦੇ ਨੇ। ਫਰਕ ਸਭ ਤੋਂ ਵੱਡਾ ਇਹ ਆ ਕਿ ਕੀਰਤਨ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ, ਬਾਕੀ ਕਲਾਸੀਕਲ ਸੰਗੀਤ, ਸ਼ਾਸਤਰੀ ਸੰਗੀਤ ਵਿੱਚ ਸੁਰ ਪ੍ਰਧਾਨ ਹੈ, ਤਾਲ ਪ੍ਰਧਾਨ ਹੈ, ਇੱਥੇ ਸ਼ਬਦ ਪ੍ਰਧਾਨ। ਅੰਡਰ ਐਨੀ ਸਰਕਮਸਟੈਂਸਿਸ ਸ਼ਬਦ ਸ਼ੁੱਡ ਨੈਵਰ ਬੀ ਡਲਿਊਟਿਡ ਵਿਦ ਐਨੀਥਿੰਗ, ਨਥਿੰਗ ਸ਼ੁੱਡ ਓਵਰ ਸ਼ੈਡੋ ਦ ਸ਼ਬਦ, ਸ਼ਬਦ ਇਜ਼ ਆਲਵੇਜ਼ ਐਟ ਦ ਸੈਂਟਰ ਸਟੇਜ, ਬਿਕੋਜ਼ ਦੈਟ ਇਜ਼ ਵਟ ਦ ਕੀਰਤਨ ਇਜ਼। ਦੂਜੀ ਗੱਲ ਇਹ ਆਉਂਦੀ ਹੈ ਕਿ ਬਾਕੀ ਸਟੇਜਾਂ 'ਤੇ ਜਦੋਂ ਕੋਈ ਗਾਉਂਦਾ ਹੈ ਨਾ ਗਵਈਆ, ਅਤੇ ਉਹਦੀ ਇੱਛਾ ਕੀ ਹੁੰਦੀ ਹੈ? ਵਟ ਡਜ਼ ਹੀ ਨੀਡ ਇਨ ਰਿਟਰਨ ਅਦਰ ਦੈਨ ਮਨੀ? ਵਟ ਡਜ਼ ਹੀ ਨੀਡ? ਹੀ ਨੀਡ ਪੀਪਲ ਟੂ ਪ੍ਰੇਜ਼ ਹਿਮ।
ਲੋਕੀ ਕਹਿਣ ਜੀ ਵਾਹ 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 ਜੀ ਵਾਹ ਉਸਤਾਦ ਜੀ ਕਿਆ ਸੋਹਣਾ ਗਾਇਆ ਤੁਸੀਂ ਕਿਆ ਸੋਹਣਾ ਵਜਾਇਆ ਤੁਸੀਂ ਵਾਹ ਵਾਹ ਖੱਟਣ ਦੀ ਇੱਕ ਇੱਛਾ ਹੁੰਦੀ ਹੈ ਬਾਕੀ ਸੰਗੀਤ ਦੇ ਸਟੇਜਾਂ ਦੇ ਉੱਤੇ ਪਰ ਜਿਸ ਸਟੇਜ 'ਤੇ ਆਪਾਂ ਬੈਠੇ ਹਾਂ ਨਾ ਇੱਥੇ ਵਾਹ ਵਾਹ ਖੱਟਣ ਦੀ ਇੱਛਾ ਹੀ ਨਹੀਂ ਜੀ ਹੁੰਦੀ ਇੱਥੇ ਇੱਛਾ ਹੀ ਇੱਥੇ ਮਕਸਦ ਹੀ ਡਿਫਰੈਂਟ ਹੈ ਇੱਥੇ ਮਕਸਦ ਇਹ ਹੈ ਵੀ ਰੱਬਾ ਮਿਹਰ ਕਰ ਮੇਰੇ ਗੁਰੂ ਸਾਹਿਬ ਕਿਰਪਾ ਕਰੋ ਸ਼ਬਦ ਨਾਲ ਜੁੜ ਸਕੀਏ ਅਤੇ ਜੇ ਅਸੀਂ ਜੁੜ ਗਏ ਤਾਂ ਸ਼ਾਇਦ ਸਾਡੇ ਜੁੜਨ ਦੇ ਨਾਲ ਹੋਰ ਵੀ ਜੁੜ ਜਾਣਗੇ ਇੱਥੇ ਮਕਸਦ ਹੀ ਹੈ ਦ ਏਮ ਇਜ਼ ਇੰਟਾਇਰਲੀ ਡਿਫਰੈਂਟ ਇੱਥੇ ਵਾਹ ਵਾਹ ਖੱਟਣ ਵਾਸਤੇ ਇਹ ਸਟੇਜ ਨਹੀਂ ਹੈ ਗੁਰੂ ਘਰ ਦਾ ਸਟੇਜ ਇੱਥੇ ਜੁੜਨਾ ਹੈ ਅਤੇ ਜੋੜਨਾ ਇਹ ਦੋ ਹੀ ਕੰਮ ਨੇ ਚੰਗਾ ਉਪਰਾਲਾ ਉੱਤਮ ਉਪਰਾਲਾ ਕੀਤਾ ਗਿਆ ਕੱਲ੍ਹ ਵੀ ਮੈਂ ਕਿਹਾ ਸੀ ਕਿ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਬਿੰਦਰਾ ਸਾਹਿਬ ਮੈਨੂੰ ਬਾਹਰ ਮਿਲੇ ਅਤੇ ਮੈਂ ਕਿਹਾ ਬਿੰਦਰਾ ਜੀ ਦਿੱਲੀ ਤੁਸੀਂ ਇਹ ਇੱਕ ਇਤਿਹਾਸਿਕ ਕੰਮ ਕੀਤਾ ਜੇ ਜਦੋਂ 31 ਰਾਗਾਂ ਦੇ ਉੱਤੇ ਤੁਸੀਂ ਇੱਕ ਕੀਰਤਨ ਦਰਬਾਰ ਰੱਖਿਆ ਔਰ ਇਹ ਹਰ ਸਾਲ ਰੱਖਣਾ ਚਾਹੀਦਾ ਅਤੇ ਸਾਡੀਆਂ ਹੋਰ ਕਮੇਟੀਆਂ ਨੂੰ ਵੀ ਰੱਖਣਾ ਚਾਹੀਦਾ ਲੋੜ ਹੈ ਗੁਰੂ ਦੀਆਂ ਦਿੱਤੀਆਂ ਕਦਰਾਂ ਕੀਮਤਾਂ ਨੂੰ ਅਸੀਂ ਪ੍ਰਮੋਟ ਨਾ ਕਰਾਂਗੇ ਅਤੇ ਸਿੱਖ ਨਾ ਕਰਨਗੇ ਤਾਂ ਹੋਰ ਕੌਣ ਕਰੇਗਾ ਇਸ ਪਾਸੇ ਲੋੜ ਹੈ ਜੋ ਹੁਕਮ ਹੋਇਆ ਸੀ ਅਗਲਾ ਰਾਗ ਰਾਗ ਸੋਰਠ ਇਹਦੇ ਵਿੱਚ ਦਸਮ ਪਾਤਸ਼ਾਹ ਦੀ ਬਾਣੀ ਰਾਗ ਸੋਰਠ ਪਾਤਸ਼ਾਹੀ ਦਸਵੀਂ ਉਹ ਸ਼ਬਦ ਪੜ੍ਹਨ ਦਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਆਓ ਸਾਰੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਇਹਨਾਂ ਤੁਕਾਂ ਦੇ ਨਾਲ ਜੁੜੀਏ ਇਹ ਸ਼ਬਦ ਨਾਲ ਜੁੜੀਏ ਰਾਗ ਸੋਰਠ ਪਾਤਸ਼ਾਹੀ ਦਸਵੀਂ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਪ੍ਰਭ ਜੂ ਤੋ ਕੈ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਬਸਨ ਬਨਵਾਰੀ ਪ੍ਰਭ ਜੋ ਤੋ ਕੈਲਾਜ ਹਮਾਰੀ ਪ੍ਰਭ ਜੋ ਤੋ ਕੈਲਾਜ ਹਮਾਰੀ ਪ੍ਰਭ ਜੋ
ਸਵਾ 8 ਵਜੇ ਕੀਰਤਨ ਸ਼ੁਰੂ ਕੀਤਾ ਹੈ ਆਪਾਂ। ਮੈਂ ਜਦੋਂ ਦੁਗਲ ਸਾਹਿਬ ਨਾਲ ਅਤੇ ਬਿੰਦਰਾ ਜੀ ਨਾਲ ਹਮੇਸ਼ਾ ਗੱਲ ਕਰਦਾ ਉਹਨਾਂ 'ਤੇ, ਮੈਂ ਕਹਿੰਦਾ ਹੁੰਦਾ ਕਿ ਮੈਂ ਇਸ ਗੁਰੂ ਘਰ ਜਦੋਂ ਆਉਣਾ ਨਾ ਤਾਂ ਮੈਨੂੰ ਲੱਗਦਾ ਵੀ ਮੈਂ ਇੱਥੇ ਗੈਸਟ ਨਹੀਂ, ਮੈਂ ਇੱਥੇ ਹੋਸਟ ਹਾਂ। ਅਤੇ ਹੋਸਟ ਦਾ ਫਰਜ਼ ਹੁੰਦਾ ਵੀ ਜੇ ਅੱਧਾ ਘੰਟਾ ਲੇਟ ਹੈ ਤਾਂ ਚਲੋ ਕੁਝ ਆਪਾਂ ਸਮਾਂ ਕੱਢੀਏ। ਸੋ ਹੁਣ ਆਪਾਂ ਸਿਰਫ 15 ਮਿੰਟ ਹੀ ਲੇਟ ਹੈਗੇ ਹਾਂ, ਸੋ ਅਸੀਂ ਆਪਣਾ 15 ਮਿੰਟ ਦਾ ਟਾਈਮ ਘੱਟ ਕਰਦੇ ਹਾਂ। ਪ੍ਰੋਗਰਾਮ ਸਮੇਂ ਸਿਰ ਹੋਵੇ ਬਹੁਤ ਚੰਗਾ ਲੱਗਦਾ। ਬਹੁਤ ਧੰਨਵਾਦੀ ਹਾਂ ਪ੍ਰਿੰਸੀਪਲ ਸਾਹਿਬ ਜੀ ਦੇ, ਬਹੁਤ ਧੰਨਵਾਦੀ ਹਾਂ ਇਸ ਗੁਰੂ ਘਰ ਦੇ ਸਮੂਹ ਪ੍ਰਬੰਧਕ ਵੀਰਾਂ ਦੇ, ਬਹੁਤ ਧੰਨਵਾਦੀ ਹਾਂ ਸਮੂਹ ਪਿਆਰੀ ਗੁਰੂ ਕੀ ਸੰਗਤ ਦੇ, ਜੋ ਇਤਨਾ ਪਿਆਰ ਕਰਦੇ ਹੋ, ਸਤਿਕਾਰ ਕਰਦੇ ਹੋ। ਮਹਾਰਾਜ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ, ਸੁੱਖ ਬਖਸ਼ਣ, ਆਪਸੀ ਪਿਆਰ, ਆਪਸੀ ਮਿਲਵਰਤਨ ਸਤਿਗੁਰੂ ਇਹ ਬਣਾ ਕੇ ਰੱਖਣ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ, ਇਹ ਸਾਡੀ ਅਰਦਾਸ ਹੈ। ਹੋਈਆਂ ਬੇਅੰਤ ਭੁੱਲਾਂ ਬਖਸ਼ਦੇ ਹੋਏ ਫਤਿਹ ਬੁਲਾਓ ਵਾਹਿਗੁਰੂ ਜੀ ਕਾ।